ਤੋ ਰਿਸਪੈਕਟ ਹੈ ਜੀ, ਇੱਦਾਂ ਦਾ ਗਾਣਾ ਬਹੁਤ ਸੋਹਣਾ ਗਾਇਆ। ਆਪਾਂ ਗੱਲ ਕਰਦੇ ਹਾਂ ਜੀ ਅੱਜ ਇੱਕ, ਆਹ ਨਾਮ ਨਹੀਂ ਲੈਣਾ ਅੱਜ ਤੋਂ ਬਾਅਦ ਆਪਾਂ ਨੇ, ਮੈਂ ਸੋਚ ਲਿਆ ਵੀ ਜਦੋਂ ਨਾਮ ਲੈ ਲਈਏ ਦਿਨ ਖਰਾਬ ਹੋ ਜਾਂਦਾ, ਆਪਾਂ ਨਾਮ ਨਹੀਂ ਲੈਣਾ। ਉਹ ਆਪਦੇ ਆਪ ਨੂੰ ਉਹ ਬੰਦਾ ਖੱਚ ਦੱਸਦਾ। ਅੱਜ ਇੱਦਾਂ ਦੀ ਇੱਕ ਦਲੀਲ ਦਿੱਤੀ ਆ ਉਹਨੇ, ਦਲੀਲ ਦੇਖ ਲਓ ਇਹਦੀ, ਆਪ ਦਲੀਲਾਂ ਦੀ ਗੱਲ ਕਰਦਾ, ਇਹਦੀ ਦਲੀਲ ਦੇਖ ਲਓ, ਇਹਨੇ ਦਲੀਲ ਦਿੱਤੀ ਸੀਗੀ। ਮੇਰੀ ਗੱਲ ਸੁਣਿਓ ਹੁਣ ਬਹੁਤ ਧਿਆਨ ਨਾਲ, ਮੈਂ ਅੱਜ ਕਹਿਣਾ ਵੀ ਜੇ ਮੈਂ ਗਲਤ ਹੋਇਆ, ਮੈਂ ਗਲਤ ਹੋਇਆ ਇਸ ਗੱਲ ਦੇ ਵਿੱਚ, ਨਵਦੀਪ ਸਿੰਘ ਤੁਹਾਨੂੰ ਅੱਜ ਕਹਿੰਦਾ ਵੀ ਜੇ ਨਵਦੀਪ ਅੱਜ ਗਲਤ ਹੋਇਆ ਤਾਂ ਮੈਂ ਆਪਦਾ ਸਿਰ ਨੱਕ ਰਗੜ ਕੇ ਲਕੀਰਾਂ ਕੱਢੂੰਗਾ, ਮੈਂ ਲਕੀਰਾਂ ਕੱਢੂੰਗਾ, ਮੈਂ ਸਾਰੀ ਸਿੱਖ ਕੌਮ ਦੇ ਸਾਹਮਣੇ ਮਾਫ਼ੀ ਮੰਗੂੰਗਾ ਜੇ ਨਵਦੀਪ ਅੱਜ ਗਲਤ ਹੋ ਗਿਆ ਤਾਂ। ਕਿਰਪਾ ਬਾਬੇ ਦੀ ਗੱਲ ਇੱਦਾਂ ਆ ਵੀ ਇਹ ਬੰਦੇ ਨੇ ਥੋੜ੍ਹੇ ਦਿਨ ਪਹਿਲਾਂ ਇੱਕ ਦਲੀਲ ਦਿੱਤੀ ਸੀਗੀ, ਦਲੀਲ ਦੇ ਵਿੱਚ ਇਹ ਕਹਿੰਦਾ ਸੀਗਾ ਵੀ ਮੂਸੇ ਵਾਲੇ ਨੇ ਕੋਈ ਗੱਲ ਕੀਤੀ ਸੀਗੀ, ਮੂਸੇ ਵਾਲੇ ਨੇ ਕਿਹਾ ਵੀ ਬੰਦ ਗੀਤ ਵੀ ਹੋ ਜਾਣਗੇ, ਹਥਿਆਰ ਵੀ ਬੰਦ ਕਰ ਲਓ, ਹਨਾ, ਤੇ ਇਹਨੇ ਦਲੀਲ ਦਿੱਤੀ ਜੀ ਇਹ ਤਾਂ ਗੱਲ ਉਹ ਹੋ ਗਈ ਆ ਕਿ ਬੰਦ ਰੇਪ ਵੀ ਹੋ ਜਾਣਗੇ, ਪਹਿਲਾਂ ਕੁੜੀਆਂ ਜੰਮਣੀਆਂ ਬੰਦ ਕਰ ਲਓ। ਐਗਰੀ ਐਗਰੀ ਵਿਦ ਯੂ, ਜਿਹੜਾ ਵੀ ਆ ਤੂੰ, ਤੇਰੇ ਨਾਲ ਐਗਰੀ ਆ ਅਸੀਂ, ਨਾਮ ਨਹੀਂ ਲੈਣਾ ਤੇਰਾ, ਬੰਦ ਕਰਤਾ ਕਿਉਂਕਿ ਦਿਨ ਖਰਾਬ ਜਾਂਦਾ, ਐਗਰੀ ਕਰਦੇ ਹਾਂ ਅਸੀਂ ਤੇਰੇ ਨਾਲ ਵੀ ਗੱਲ ਸਹੀ ਆ ਤੇਰੀ। ਹੋਰ ਦੱਸ ਤੂੰ ਜਿੰਨੀਆਂ ਵੀ ਅੱਜ ਤੱਕ ਗੱਲਾਂ ਕਹੀਆਂ ਤੇਰੀਆਂ ਦਲੀਲਾਂ ਨਾਲ ਐਗਰੀ ਕਰਦੇ ਹਾਂ ਅਸੀਂ, ਤੂੰ ਗੱਲ ਤੇ ਸਹੀ ਆ। ਮੈਂ ਕਹਿੰਦਾ ਵੀ ਸਿੰਗਰ ਵੀ ਗਲਤ, ਪ੍ਰਚਾਰਕ ਵੀ ਗਲਤ, ਹਰ ਬੰਦਾ ਗਲਤ। ਹੁਣ ਤੂੰ ਮਾਫ਼ੀ ਮੰਗੇਗਾ ਸਿੱਖ ਕੌਮ ਤੋਂ। ਸਿੱਖ ਵੀਰੋ ਜਿਹੜੇ ਤੁਸੀਂ ਦੇਖ ਰਹੇ ਹੋ ਨਾ, ਇਹਦੇ ਅੰਨੇ ਭਗਤ ਨਾ ਬਣੋ, ਜੇ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਨਾ, ਅੱਜ ਇਸ ਬੰਦੇ ਨੂੰ ਕਹੋ ਨੱਕ ਰਗੜੇ ਤੇ ਮਾਫ਼ੀ ਮੰਗੇ ਸਾਰੀ ਸਿੱਖ ਕੌਮ ਤੋਂ। ਮੈਂ ਜਿੰਨੇ ਵੀ ਮੇਰੇ ਬਾਬਾ ਜੀ ਰਿਸਪੈਕਟਡ ਜਿਹੜੇ ਵੀ ਨੇ, ਬਾਬਾ ਜੀ ਰਿਕੁਐਸਟ ਕਰਦਾ ਤੁਹਾਡੇ ਅੱਗੇ, ਇਸ ਬੰਦੇ ਤੋਂ ਮਾਫ਼ੀ ਮੰਗਾਓ। ਇਹ ਬੰਦਾ ਕਹਿੰਦਾ ਜੀ ਮੈਂ ਮਿਊਜ਼ਿਕ ਡਾਇਰੈਕਟਰਾਂ ਨੂੰ ਨਹੀਂ ਨਿੰਦਿਆ ਕਦੇ, ਕਹਿੰਦਾ ਮੈਂ ਮਿਊਜ਼ਿਕ ਡਾਇਰੈਕਟਰਾਂ ਨੂੰ ਨਹੀਂ ਨਿੰਦਿਆ ਕਦੇ, ਕਿਉਂਕਿ ਮਿਊਜ਼ਿਕ ਡਾਇਰੈਕਟਰ ਕਹਿੰਦਾ ਮਿਊਜ਼ਿਕ ਬਣਾਉਂਦਾ ਮਿਊਜ਼ਿਕ ਮਾੜਾ ਨਹੀਂ, ਸ਼ਬਦ ਮਾੜੇ ਹੁੰਦੇ ਨੇ। ਕਹਿੰਦਾ ਵੀ ਉਹਦਾ ਗਾਣਾ ਆਇਆ ਕਿ ਜੀ ਉਹਨੇ ਗਾਣਾ ਕੁਆਰੇ ਪਿਆਰ ਨੂੰ ਮੈਂ ਲੱਚਰਤਾ ਕਿਹਾ, ਵਿਆਹ ਤੋਂ ਬਾਅਦ ਕਿ ਉਹ ਆਪਦੇ ਘਰ ਵਾਲੀ ਨੂੰ ਨੱਚਣ ਲਈ ਕਹਿ ਰਿਹਾ ਤਾਂ ਉਹ ਲੱਚਰਤਾ ਨਹੀਂ ਹੈ। ਮੈਨੂੰ ਇੱਕ ਵਾਰ ਵੀ ਦੱਸ ਦਿਓ ਵੀ ਕੀ ਸਿੱਖ ਧਰਮ ਇਜਾਜ਼ਤ ਦਿੰਦਾ ਵਿਆਹ ਤੋਂ ਬਾਅਦ ਡੀਜੇ ਤੇ ਨੱਚਣ ਲਈ, ਵਿਆਹ ਤੋਂ ਬਾਅਦ ਆਪਦੇ ਘਰ ਵਾਲੀ ਦਾ ਹੱਥ ਫੜ ਕੇ ਤੁਸੀਂ ਡੀਜੇ ਤੇ ਨੱਚੋ, ਕੀ ਸਾਡਾ ਧਰਮ ਇਜਾਜ਼ਤ ਦਿੰਦਾ ਇਸ ਗੱਲ ਦੀ? ਨਹੀਂ ਦਿੰਦਾ। ਤੁਸੀਂ ਗੱਲ ਕਰੋ ਜਾਂ ਨਾ ਕਰੋ, ਨਹੀਂ ਦਿੰਦਾ ਸਾਡਾ ਧਰਮ ਇਜਾਜ਼ਤ ਇਸ ਗੱਲ ਦੀ। ਹੁਣ ਗੱਲ ਤੇ ਆਉਣੇ ਆ ਆਕੇ ਜੀ, ਮੈਂ ਤਾਂ ਮਿਊਜ਼ਿਕ ਕਰਵਾਇਆ ਹਨਾ, ਵੀ ਚਲੋ ਚੰਗਾ ਮਾੜਾ ਜੋ ਵੀ ਆ, ਮੈਂ ਤਾਂ ਕਿ ਜੀ ਮਿਊਜ਼ਿਕ ਕਰਵਾਇਆ, ਮੇਰੇ ਬੋਲਾਂ 'ਚ ਕੋਈ ਗਲਤੀ ਨਹੀਂ ਹੋਊਗੀ। ਉਹ ਦਲੀਲ ਤਾਂ ਤੇਰੀ ਬੜੀ ਸੋਹਣੀ ਹੋ ਗਈ ਹੈ, ਤੇ ਇਹ ਤਾਂ ਉਹ ਗੱਲ ਹੋ ਗਈ ਵੀ ਆਕੇ ਜੀ ਜਿਹੜੇ ਪਤੀਲੇ ਦੇ ਵਿੱਚ, ਮਤਲਬ ਇੱਕ ਮਿਊਜ਼ਿਕ ਡਾਇਰੈਕਟਰ ਇੱਕ ਪਤੀਲਾ ਮੰਨ ਲਓ, ਮਿਊਜ਼ਿਕ ਡਾਇਰੈਕਟਰ ਇੱਕ ਪਤੀਲਾ ਲਾ ਲਓ, ਅੱਗੇ ਜਿਹੜੇ ਪਤੀਲੇ ਦੇ ਵਿੱਚ ਡੇਲੀ ਮੁਰਗਾ ਬਣਦਾ ਹਨਾ, ਅੱਜ ਅੱਗੇ ਜੀ ਮੈਂ ਉਹਦੇ ਵਿੱਚ ਮੂੰਗੀ ਮਸਰੀ ਬਣਾ ਕੇ ਖਾਣ ਲੱਗਿਆ, ਬੱਲੇ ਓਏ ਬੱਲੇ ਤੇਰੀ ਗੱਲ ਦੇ, ਅੱਗੇ ਜੀ ਜਿਹੜੇ ਪਤੀਲੇ ਦੇ ਵਿੱਚ ਡੇਲੀ ਮੁਰਗਾ ਬਣਦਾ, ਅੱਜ ਮੈਂ ਮੂੰਗੀ ਮਸਰੀ ਖਾ ਕੇ ਬਣਾ ਕੇ ਖਾਣ ਲੱਗਿਆ, ਕੀ ਇਜਾਜ਼ਤ ਦਿੰਦਾ ਸਾਡਾ ਧਰਮ ਇਸ ਚੀਜ਼ ਨੂੰ? ਚਲੋ ਜਿਹਨੇ ਖਾਣਾ ਮੁਰਗਾ ਨਹੀਂ ਖਾਣਾ, ਆਪਾਂ ਕਿਸੇ ਨੂੰ ਉਹ ਨਹੀਂ ਕਹਿੰਦੇ ਵੀ ਭਾਈ ਤੁਸੀਂ ਖਾਓ ਜਾਂ ਨਾ ਖਾਓ, ਹਾਂ ਹਰ ਧਰਮ ਇਜਾਜ਼ਤ ਨਹੀਂ ਦਿੰਦਾ, ਜਿਹੜਾ ਧਰਮੀ ਬੰਦਾ ਇਜਾਜ਼ਤ ਨਹੀਂ ਦਿੰਦਾ ਧਰਮ ਇਸ ਗੱਲ ਦੀ, ਠੀਕ ਆ। ਚਲੋ ਖਾਣਾ ਨਹੀਂ ਖਾਣਾ ਤੁਹਾਡੀ ਇੱਛਾ ਜੀ ਹਨਾ, ਆਪਾਂ ਤਾਂ ਇਹ ਕਹਿ ਸਕਦੇ ਹਾਂ ਵੀ ਭਾਈ ਮਾੜੀ ਚੀਜ਼ਾਂ ਨਾ ਖਾਓ, ਠੀਕ ਆ। ਹੁਣ ਤੇਰੇ ਕੋਲ ਜਵਾਬ ਨਹੀਂ ਹੋਣਾ, ਦਲੀਲ ਨਹੀਂ ਹੋਣੀ ਤੇਰੇ ਕੋਲ, ਮਾਫ਼ੀ ਮੰਗ ਤੂੰ ਸਿੱਖ ਕੌਮ ਤੋਂ। ਤੂੰ ਕਹਿਣਾ ਵੀ ਅੱਗੇ ਜੀ ਮਿਊਜ਼ਿਕ ਡਾਇਰੈਕਟਰ ਦਾ ਕਸੂਰ ਨਹੀਂ ਹੁੰਦਾ, ਕਸੂਰ ਪਤਾ ਕਿਹਦਾ ਹੁੰਦਾ? ਕਸੂਰ ਹੁੰਦਾ ਗੰਦੇ ਸ਼ਬਦਾਂ ਦਾ। ਫਿਰ ਤੂੰ ਬੜੀ ਛੇਤੀ ਪਰਮੇਸ਼ ਵਰਮੇ ਨੂੰ ਕਹਿਤਾ ਸੀ ਓਏ ਵੀ ਤੂੰ ਪਰਮੇਸ਼ ਵਰਮਾ, ਤੂੰ ਪਤਾ ਨਹੀਂ ਸਿੱਖ ਹੈ ਕਿ ਨਹੀਂ ਹੈ, ਤੂੰ ਉਸ ਗਾਣੇ ਦੀ ਵੀਡੀਓ ਬਣਾਈ। ਅਗਲੇ ਨੇ ਵੀ ਤਾਂ ਤੈਨੂੰ ਇਹੀ ਗੱਲ ਕਹੀ ਸੀ ਵੀ ਭਾਈ ਹੁਣ ਸ਼ਰਾਬ ਵਾਲਾ ਗਾਣਾ ਆ ਗਿਆ ਮੇਰੇ ਕੋਲ, ਮੈਂ ਕਰਤਾ, ਮੈਂ ਵੀਡੀਓ ਬਣਾਤੀ, ਇਹਦੇ 'ਚ ਮੇਰਾ ਕੀ ਕਸੂਰ ਆ? ਜਾਂ ਤਾਂ ਮੈਂ ਗਾਇਆ ਹੋਵੇ ਤਾਂ ਗੱਲ ਆ, ਠੀਕ ਆ, ਆਈ ਗੱਲ ਸਮਝ? ਤੇ ਤੂੰ ਹੁਣ ਗੱਲ ਕਰੀ ਜਾਂਦਾ ਵੀ ਇਹ ਤਾਂ ਗੱਲ ਹੋ ਗਈ ਵੀ ਆਖਿਆ ਜੀ ਮੁਰਗਾ ਵੱਢਣ ਵਾਲੇ ਦਾ ਕਸੂਰ ਕੋਈ ਨਹੀਂ, ਖਾਣ ਵਾਲੇ ਦਾ ਕਸੂਰ ਆ। ਬੱਲੇ ਓਏ ਤੇਰੇ, ਜਿਹਨੇ ਵੱਢਿਆ ਕਸੂਰ ਉਹਦਾ ਵੀ ਉਹਨਾਂ ਵੀ ਵੱਢਿਆ, ਕਿਉਂ ਜੀਵ ਹੱਤਿਆ ਕੀਤੀ? ਖਾਣ ਵਾਲੇ ਦਾ ਤਾਂ ਹੈ ਹੀ ਹੈ, ਮਤਲਬ ਧਰਮ ਦੇ ਹਿਸਾਬ ਨਾਲ ਗੱਲ ਕਰ ਰਿਹਾ ਮੈਂ। ਦੱਸ ਕਿੱਥੇ ਧਰਮ ਸਾਡਾ ਜਾ ਜਾਂਦਾ ਵੀ ਵਿਆਹ ਤੋਂ ਬਾਅਦ ਮੁੰਡਾ ਕੁੜੀ ਨੱਚ ਲੈਣ ਇੱਕ ਦੂਜੇ ਦੇ ਨਾਲ? ਕਿਤੇ ਕਹਿੰਦਾ ਕੁਆਰਿਆਂ ਨੂੰ ਵੀ ਨੱਚਣ ਦੀ ਇਜਾਜ਼ਤ ਨਹੀਂ ਜਾਂ ਫਿਰਨ ਦੀ? ਮੰਨਦਿਆ ਧਰਮ ਦੇ ਵਿੱਚ ਉਹ ਚੀਜ਼ਾਂ ਗਲਤ ਨੇ, ਤੇ ਵਿਆਹ ਤੋਂ ਬਾਅਦ ਵੀ ਡੀਜੇ 'ਤੇ ਨੱਚਣ ਦੀ ਇਜਾਜ਼ਤ ਨਹੀਂ ਦਿੰਦਾ ਸਾਡਾ ਧਰਮ, ਗਲਤ ਆ ਤੂੰ ਇੱਥੇ, ਮਾਫ਼ੀ ਮੰਗ। ਹੁਣ ਤੂੰ ਵੱਡਾ ਤੂੰ ਬਣਿਆ ਫਿਰਦਾ ਪ੍ਰਚਾਰਕ, ਲੋਕਾਂ ਨੂੰ ਤੂੰ ਪਾਗਲ ਬਣਾਈ ਜਾਂਦਾ। ਪ੍ਰਚਾਰਕ ਹੁੰਦੇ ਆ ਸੰਤ ਸਾਹਿਬ, ਸੰਤ ਮਸਕੀਨ ਸਿੰਘ ਜੀ, ਜੋ ਕੁਛ ਚੱਲ ਰਿਹਾ ਇਸ ਦੁਨੀਆਂ ਦੇ ਵਿੱਚ ਉਹ ਵਾਹਿਗੁਰੂ ਦੀ ਰਜ਼ਾ ਅਨੁਸਾਰ ਚੱਲ ਰਿਹਾ, ਮੰਨਿਆ ਤੁਸੀਂ ਵਿਰੋਧ ਕਰ ਰਹੇ ਹੋ ਵੀ ਵਾਹਿਗੁਰੂ ਦੀ ਰਜ਼ਾ ਦੇ ਅਨੁਸਾਰ ਚੱਲ ਰਿਹਾ, ਅਸੀਂ ਤੈਨੂੰ ਗਲਤ ਨਹੀਂ ਕਹਿੰਦੇ। ਯਾਰ ਯਾਰ ਤੂੰ ਗਲਤ, ਅੱਜ ਮਾਫ਼ੀ ਮੰਗ, ਜੇ ਤੂੰ ਸੱਚਾ ਸਿੰਘ ਆ, ਗੁਰੂ ਗੋਬਿੰਦ ਸਿੰਘ ਦਾ ਸਿੰਘ ਆ ਨਾ, ਤੂੰ ਕਹਿਣਾ ਆਪਦੇ ਆਪ ਨੂੰ ਤਾਂ ਮੰਨੀ ਵੀ ਮੈਂ ਇੱਕ ਇਨਸਾਨ ਹਾਂ ਅਤੇ ਮੇਰੇ ਤੋਂ ਗਲਤੀ ਹੋ ਗਈ ਅਤੇ ਮੈਂ ਮਾਫ਼ੀ ਮੰਗਦਾ, ਅਤੇ ਉਹ ਮਿਊਜ਼ਿਕ ਡਾਇਰੈਕਟਰ ਜਿਹੜਾ ਵੀ ਉਹ ਤੋਂ ਮਿਊਜ਼ਿਕ ਨਹੀਂ ਕਰਾਏਗਾ ਤੂੰ, ਤੈਨੂੰ ਅਸੀਂ ਦੱਸਾਂਗੇ ਵੀ ਉਸ ਬੰਦੇ ਤੋਂ ਮਿਊਜ਼ਿਕ ਕਰਾ ਜਿਹਨੇ ਧਾਰਮਿਕ ਗਾਣੇ ਕੀਤੇ ਆ, ਉਹਨਾਂ ਤੋਂ ਹੀ ਕਰਾਈ ਤੂੰ ਮਿਊਜ਼ਿਕ।
ਤੈਨੂੰ ਗਾਉਣਾ ਗਲਤ ਨਹੀਂ ਕਹਿੰਦੇ। ਬਾਕੀ ਤੂੰ ਗਾਉਣ ਵਾਲੇ ਨੂੰ ਕੰਜਰ ਕਹਿੰਦਾ ਸੀ, ਚਲੋ ਮੰਨ ਲਿਆ ਗੰਦੇ ਗਾਉਣ ਵਾਲੇ ਕੰਜਰ ਤੇ ਤੂੰ ਸਹੀ ਆ, ਮੰਨ ਲਿਆ ਤੇਰੀ ਹਰ ਇੱਕ ਗੱਲ ਨੂੰ, ਇਸ ਗੱਲ ਦਾ ਜਵਾਬ ਦੇ ਦੀ ਵੀ ਤਾਂ ਉਹ ਗੱਲ ਹੋ ਗਈ। ਤੂੰ ਅੱਜ ਮਿਊਜ਼ਿਕ ਬਣਵਾ ਰਿਹਾ, ਕਹਿੰਦਾ ਜੀ ਮਿਊਜ਼ਿਕ ਡਾਇਰੈਕਟਰ ਨਹੀਂ ਮਾੜਾ, ਮਿਊਜ਼ਿਕ ਨਹੀਂ ਮਾੜਾ, ਗਾਣੇ ਦੇ ਬੋਲ ਮਾੜਿਆ, ਮੰਨ ਲਿਆ ਮਾੜਿਆ, ਪਰ ਗੱਲ ਤਾਂ ਉਹ ਹੋ ਗਈ ਵੀ ਇੱਕ ਅੱਗੇ ਜੀ ਜਿਹੜੇ ਪਤੀਲੇ ਦੇ ਵਿੱਚ ਡੇਲੀ ਮੁਰਗਾ ਬਣਦਾ ਤੇ ਅੱਜ ਆ ਕੇ ਤੂੰ ਉਹਦੇ ਵਿੱਚ ਮੂੰਗੀ ਮਸਰੀ ਬਣਾ ਕੇ ਕਹਿਤਾ ਵੀ ਨਹੀਂ ਜੀ ਅੱਜ ਤਾਂ ਮੂੰਗੀ ਮਸਰੀ ਬਣੀ ਆ, ਡੇਲੀ ਮੁਰਗਾ ਬਣਦਾ ਤਾਂ ਕਿੱਡੀ ਗੱਲ ਹੋ ਗਈ, ਕੀ ਜਾਗ ਦਿੰਦਾ ਸਾਡਾ ਧਰਮ ਇਸ ਚੀਜ਼ ਦੀ। ਤੂੰ ਸਿੰਘ ਨਹੀਂ ਹੋ ਸਕਦਾ, ਜੇ ਤੂੰ ਸਿੰਘ ਹੋਏਗਾ ਤਾਂ ਤੂੰ ਮਾਫੀ ਮੰਗੇਗਾ। ਸੋਰੀ ਟੂ ਸੇ ਦੈਟ, ਮੈਂ ਕਿਸੇ ਨੂੰ ਗਾਲ ਨਹੀਂ ਕੱਢਦਾ, ਮੇਰੀ ਰਿਕੁਐਸਟ ਆ ਬਾਬਾ ਜੀ ਜਿਹੜੇ ਵੀ ਬਾਬਾ ਜੀ ਨੇ ਸੇਵਾ ਕਰਦੇ ਨੇ, ਜਿੰਨੇ ਵੀ ਕਮੇਟੀਆਂ ਵਾਲੇ ਬਾਬਾ ਜੀ ਨੇ, ਮੇਰੀ ਹੱਥ ਜੋੜ ਕੇ ਬੇਨਤੀ ਆ, ਪੈਰ ਫੜਾ ਲਓ ਚਾਹੇ ਮੇਰੇ ਤੋਂ, ਪਰ ਇਹ ਬੰਦੇ ਨੇ ਅੱਜ ਗਲਤ ਕੀਤਾ। ਜੇ ਸਾਡੀ ਜ਼ਮੀਰ ਜਾਗਦੀ ਆ ਨਾ ਤਾਂ ਅਸੀਂ ਇਹ ਤੋਂ ਅੱਜ ਮਾਫੀ ਮੰਗਾਵਾਂਗੇ। ਇਹਦੀ ਵੀਡੀਓ ਦੇਖ ਲਓ, ਇਹਦੇ ਦਲੀਲਾਂ ਕੀ ਦੇ ਰਿਹਾ। ਕਹਿੰਦਾ ਵੀ ਵਿਆਹ ਤੋਂ ਬਾਅਦ ਮੁੰਡਾ ਕੁੜੀ ਨੱਚ ਸਕਦੇ ਆ, ਖਚਰੀਆਂ ਜੀਆਂ ਹਾਸੀਆਂ ਹੱਸਦਾ, ਇਹ ਖਚਰੀਆਂ ਹਾਸੀਆਂ ਪ੍ਰੂਵ ਕਰਦੀਆਂ ਵੀ ਲੋਕਾਂ ਨੂੰ ਤੂੰ ਆਪਦੇ ਪਿੱਛੇ ਲਾ ਕੇ, ਅੱਜ ਚਾਹੇ ਤੇਰੇ ਹੇਟਰ ਨੇ ਕਈ ਤੇਰੇ ਫੈਨ ਵੀ ਨੇ, ਤੂੰ ਗਾਣਾ ਹਿੱਟ ਕਰਾ ਰਿਹਾ। ਨਾਲੇ ਮੁੱਲ ਦੇ ਵਿਊਆਂ ਦੀ ਤੂੰ ਗੱਲ ਕਰਦਾ, ਮੇਰਾ ਕੰਮ ਆ, ਮੈਂ ਕੰਮ ਕਰਦਾ, ਮੈਂ ਕਈ ਗਾਣਿਆਂ ਦੇ ਮੁੱਲ ਦੇ ਵਿਊ ਦਿੰਦਾ, ਮੁੱਲ ਦੇ ਵਿਊ ਲਾਈਕ ਕਮੈਂਟ ਜਿਹੜੀ ਚੀਜ਼ ਕਹੇਗਾ ਸਾਡੇ ਤੋਂ ਲੈਣੀ, 10-13 ਗਾਣਾ ਆਜੂਗਾ ਕਿੰਨੇ ਚਾਹੀਦੇ ਆ ਤੈਨੂੰ। ਔਰ ਇਹ ਵੀ ਗੱਲ, ਤੇਰੇ ਗਾਣੇ ਤੇ ਡਿਸਲਾਈਕ ਹੋਣਗੇ, ਤੂੰ ਆਟੋ ਟਿਊਨ ਕਰਕੇ ਗਾਲੀ ਭਲਾ, ਤੇਰਾ ਗਲਾ ਨਹੀਂ ਗਾ ਸਕਦਾ ਤੂੰ, ਕੋਈ ਇੱਕ ਬੰਦਾ ਤੈਨੂੰ ਸਹੀ ਨਹੀਂ ਕਹਿੰਦਾ, ਤੇਰਾ ਨਾਂ ਨਹੀਂ ਲੈਣਾ ਯਾਰ ਅੱਜ ਤੋਂ ਬਾਅਦ। ਪਰ ਇੱਕ ਗੱਲ ਆ, ਜੇ ਧਰਮ ਦੇ ਵਿੱਚ ਜ਼ਮੀਰ ਸਾਡੀ ਜਾਗਦੀ ਹੋਈ ਨਾ, ਅੱਜ ਤੈਨੂੰ ਮਾਫੀ ਮੰਗਣੀ ਚਾਹੀਦੀ ਆ। ਤੂੰ ਸਿੰਘ ਹੋ ਕੇ ਇੱਦਾਂ ਦੀ ਗੱਲ ਤੂੰ ਆਪਦੇ ਮੂੰਹੋਂ ਕੱਢਤੀ ਆ, ਆ ਤੂੰ ਇੰਡੀਆ ਮਾਫੀ ਮੰਗ ਪੰਜ ਪਿਆਰੇ ਸਾਹਿਬਾਨਾਂ ਕੋਲੋਂ ਵੀ ਤੂੰ ਬੋਲਿਆ ਕੀ ਆ, ਤੂੰ ਧਰਮ ਦੀ, ਤੂੰ ਧਰਮ ਬਾਰੇ ਗਲਤ ਪ੍ਰਚਾਰ ਕਰਤਾ ਵੀ ਅੱਗੇ ਜੀ ਵਿਆਹ ਤੋਂ ਬਾਅਦ ਅੱਗੇ ਨੱਚਣਾ ਜਾਇਜ਼ ਆ, ਕਹਿੰਦਾ ਬੱਲੇ ਹੋਏ ਤੇਰੇ, ਵਾਹ ਤੇਰੀਆਂ ਦਲੀਲਾਂ ਦੇ, ਆਹ ਦਲੀਲ ਦਾ ਜਵਾਬ ਦੇ ਦੀ। ਜਿੱਥੇ ਕਹੇਗਾ ਨੱਕ ਰਗੜ ਕੇ ਮਾਫੀਆਂ ਮੰਗੂਗਾ, ਨੱਕ ਰਗੜ ਕੇ ਨਵਦੀਪ, ਜਿੱਥੇ ਕਹੇਗਾ ਜੇ ਮੇਰੀ ਆਹ ਗੱਲ ਦਾ ਜਵਾਬ ਦੇ ਦਿੰਦਾ ਤੂੰ। ਮਿਊਜ਼ਿਕ ਡਾਇਰੈਕਟਰ ਕੋਲੋਂ ਕਰਵਾ ਰਿਹਾ, ਉਹ ਲੱਚਰ ਗੀਤ ਵੀ ਕਰਦਾ, ਉਹ ਹਰ ਚੀਜ਼ ਚੰਗੇ ਮਾੜੇ ਗੀਤ ਕਰਦਾ, ਉਹ ਇੱਕ ਪਤੀਲਾ ਜਿਹਦੇ ਵਿੱਚ ਡੇਲੀ ਮੁਰਗਾ ਬਣਦਾ, ਅੱਜ ਤੂੰ ਉਹਦੇ ਵਿੱਚ ਮੂੰਗੀ ਮਸਰੀ ਬਣਾ ਕੇ ਖਾ ਰਿਹਾ, ਵਾਹ ਓਏ ਤੇਰੇ ਬੱਲੇ ਸ਼ੇਰਾ, ਤੂੰ ਕਹਿਤਾ ਵੀ ਉਹ ਸਹੀ ਹੋ ਗਈ, ਬੱਲੇ 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 ਬੱਲੇ। ਆਹ ਜਿੰਨੇ ਵੀ ਵੀਰਾਂ ਨੂੰ ਕਿੰਨੀਆਂ ਕੱਢਦੇ ਨੇ ਗਾਲਾਂ, ਵਿੱਚੋਂ ਕਨੈਕਸ਼ਨ ਚਲਾ ਗਿਆ ਸੀਗਾ ਜੀ, ਗਾਲਾਂ ਨਾ ਕੱਢੋ, ਲਾਹਣਤਾਂ ਪਾਓ ਇਸ ਬੰਦੇ ਨੂੰ, ਲਾਹਣਤਾਂ, ਇਹ ਸਾਡੀ ਸਿੱਖ ਕੌਮ ਤੇ ਲਾਹਣਤ ਬਣ ਕੇ ਬੈਠ ਗਿਆ ਵੀ ਤੂੰ ਕੀ ਲੈਣਾ, ਚੰਗਾ ਮਾੜਾ ਯਾਰ ਤੂੰ ਆਪਦਾ ਰੱਬ ਰੱਬ ਕਰ, ਚੰਗਾ ਨਾਂ ਲੈ ਤੂੰ ਰੱਬ ਦਾ, ਪ੍ਰਚਾਰ ਕਰ, ਲੋਕ ਸੁਣਨਗੇ ਤੇਰੀ, ਪਿਆਰ ਨਾਲ ਪ੍ਰਚਾਰ ਕਰੇਗਾ ਵਾਧੂ ਸੁਣਨਗੇ। ਹੁਣ ਲੋਕ ਕਹਿੰਦੇ ਨੇ ਤੇਰੇ, ਉਹ ਮੈਂ ਕਹਿੰਦਾ ਨੀ ਮੇਰਾ ਗਾਣਾ ਸੁਣੋ, ਮੈਂ ਕਹਿਣਾ ਵੀ ਮੈਂ ਕਹਿੰਦਾ ਹੀ ਨਹੀਂ, ਮੈਂ ਕਹੂੰਗਾ ਨਾ ਅਗਲੇ ਗਾਣਾ ਵੀ ਆਊਗਾ, ਮੈਂ ਕਹੂੰਗਾ ਵੀ ਦਿੱਲੀ ਮੁੰਬਈ ਵਾਲਿਓ ਮੇਰਾ ਗਾਣਾ ਸੁਣ ਲਓ, ਦਿੱਲੀ ਮੁੰਬਈ ਜਿੱਥੇ ਵੀ ਮੇਰੇ ਜਾਂਦੇ ਨੇ ਗਾਣਾ ਸੁਣ ਲਓ, ਮੈਂ ਆਪਦਾ ਜਿਹੜੀ ਵੀ ਆ ਨਾ ਗਾਣਾ, ਮੈਂ ਉੱਤੇ ਵਿਊ ਨਾ ਮੈਂ ਪਾਏ ਮੇਰੇ ਓਰੀਜਨਲ ਵਿਊ ਆ, ਕਿਉਂਕਿ ਮੇਰੇ ਭਰਾ ਪੰਜਾਬ ਵਾਲੇ ਜਿਹੜੇ ਮੈਨੂੰ ਚਾਹੁਣ ਵਾਲੇ ਮੇਰੇ ਭਰਾ, ਤੇ ਭਰਾਵਾਂ ਨੂੰ ਕਦੇ ਕਹਿਣ ਦੀ ਲੋੜ ਨਹੀਂ ਪੈਂਦੀ ਭਾਈ ਮੇਰਾ ਗਾਣਾ ਸੁਣ ਲਓ, ਆਪ ਹੀ ਸੁਣਦੇ ਆ ਭਰਾ ਜਾ ਕੇ, ਲੱਗੀ ਸਮਝ, ਮੇਰੇ ਆਪ ਹੀ ਸੁਣਦੇ ਆ, ਠੀਕ ਆ, ਮੈਨੂੰ ਭਰਾਵਾਂ ਨੂੰ ਕਹਿਣ ਦੀ ਲੋੜ ਨਹੀਂ। ਤੇ ਆ ਜਿਹੜੇ ਹੇਟਰਸ ਆ ਇਹ ਸ਼ਰੀਕ ਨੇ, ਇਹ ਸੁਣਦੇ, ਇਹ ਚੋਰੀ ਚੋਰੀ ਜਾ ਕੇ ਸੁਣਦੇ ਨੇ, ਫਿਰ ਜਾ ਕੇ ਉੱਥੇ ਗਾਲਾਂ ਕੱਢਦੇ ਨੇ, ਭਰਾ ਨੇ ਜਾ ਕੇ ਉੱਥੇ ਲਿਖਦੇ ਨੇ, ਠੀਕ ਆ। ਮੈਂ ਅੱਜ ਵੀ ਕਹਿਣਾ ਮੇਰੀ ਦਲੀਲ ਦਾ ਜਵਾਬ ਦੇ ਦੇ, ਨੱਕ ਰਗੜ ਕੇ ਮਾਫੀਆਂ ਮੰਗੂ ਨਵਦੀਪ ਬਰਾੜ, ਆ ਲੈ ਉਹ ਗਰਜੰਟ ਦੇ ਅੰਨੇ ਉਹ ਭਗਤੋ, ਅੰਨੇ ਭਗਤੋ, ਤੁਸੀਂ ਅੱਜ ਫਿਰ ਨਾਂ ਲੈਤਾ ਯਾਰ, ਦਿਨ ਮਾੜਾ ਹੋ ਜਾਣਾ। ਚੰਗਾ ਜੀ, ਮੇਰੀ ਬੇਨਤੀ ਆ ਬਾਬਿਆਂ ਦੇ ਚਰਨਾਂ ਦੇ ਵਿੱਚ ਕਿ ਇਹ ਬੰਦੇ ਨੇ ਜਿਹੜੀ ਦਲੀਲ ਦਿੱਤੀ ਹੈ ਕਿ ਉਹ ਸਹੀ ਆ ਕਿ ਗਲਤ ਆ, ਸਹੀ ਆ ਕਿ ਗਲਤ ਆ, ਅਸੀਂ ਮੰਨ ਗਏ। ਆ ਵੀਰ ਮੇਰੇ ਕਮੈਂਟ ਕਰ ਰਿਹਾ ਸੀ, ਮੰਨ ਗਏ ਵੀ ਗੰਦ ਗਾਣੇ ਗੰਦੇ, ਹਰ ਚੀਜ਼ ਗੰਦੀ ਮੰਨਦੇ ਆ ਯਾਰ ਅਸੀਂ, ਦੈਟਸ ਇਟ, ਗੱਲ ਤਾਂ ਇਹਦੀ ਆ ਵੀ ਹੁਣ ਇਹ ਕੀ ਕਰ ਰਿਹਾ। ਇਹ ਕਹਿੰਦਾ ਵੀ ਮਿਊਜ਼ਿਕ ਡਾਇਰੈਕਟਰ ਨਹੀਂ ਮਾੜਾ, ਮੇਰੀ ਪੂਰੀ ਵੀਡੀਓ ਸੁਣ ਲਿਓ ਪਹਿਲਾਂ, ਜਿੱਥੋਂ ਤੱਕ ਜਿੱਥੋਂ ਮੈਂ ਸਟਾਰਟ ਕੀਤੀ ਆ, ਫਿਰ ਆ ਕੇ ਥੱਲੇ ਕਿਹੋ ਵੀ ਮੈਂ ਗਲਤ ਹਾਂ ਕਿ ਇਹ ਆ, ਅੰਨੇ ਭਗਤ ਨਾ ਬਣੋ ਕਿਸੇ ਵੀ ਚੀਜ਼ ਦੇ, ਇਨਸਾਨ ਉਹ ਬੰਦਾ ਹੀ ਆ ਤੇ ਉਹ ਗਲਤ ਕਰ ਰਿਹਾ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਗੱਲ 'ਤੇ ਗੌਰ ਕਰਿਓ।